हेलो जी, सत श्री अकाल जी, वेलकम है जी ਤੁਹਾਡਾ ਲੇਵਲ ਸਨਫਲਾਵਰ ਬੁਟੀਕ ਤੇ। ਹੋਰ ਕਿਦਾਂ ਤੁਸੀਂ? ਸਾਰੇ ਠੀਕ ਠਾਕ ਹੈ? ਤਾਂ ਅੱਜ ਆਪਾਂ ਥੋੜੇ ਜਿਹੇ ਹੋਰ ਪੀਸ ਬਣੇ ਸੀਗੇ, ਪਏ ਆ ਮੇਰੇ ਕੋਲ ਹਲੇ, ਤੇ ਉਹ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਸਪਾਨ ਤੇ। ਤਾਂ ਇੱਕ ਤਾਂ ਇਹ ਦੇਖੋ, ਆਪਾਂ ਜਿਹੜਾ ਬਲੈਕ ਸੂਟ ਸੀ ਉਹ ਦੁਬਾਰਾ ਰਿਪੀਟ ਹੋਇਆ। ਕਾਫੀ ਐਤਕੀ ਬਲੈਕ ਸੂਟ ਬਹੁਤ ਵਿਕੇ ਆ, ਬਹੁਤ ਬਣ ਕੇ ਗਏ ਆ। ਤੇ ਇਹ ਦੇਖੋ, ਮੈਨੂੰ ਕਈ ਫੋਨ ਆਏ ਵੀ ਡਿਜ਼ਾਇਨ ਅੱਛੀ ਤਰ੍ਹਾਂ ਦਿਖਾ ਦਿਆ ਕਰੋ, ਪਿੱਛੇ ਹੋ ਕੇ ਅੱਛੀ ਤਰ੍ਹਾਂ ਦਿਖਾ ਦਿਓ ਡਿਜ਼ਾਇਨ ਪੂਰਾ ਸੂਟ ਦੇ, ਪਤਾ ਲੱਗ ਜਾਏਗਾ ਕਿੱਥੇ ਡਿਜ਼ਾਇਨ ਹੈ, ਕਿਹਦੇ 'ਤੇ ਡਿਜ਼ਾਇਨ ਹੈ। ਅਤੇ ਇਹਦੇ ਨਾਲ ਜਿਹੜੀਆਂ ਆਹ ਹੈਗੀਆਂ ਆਪਣੀਆਂ ਸਲੀਵਸ ਹੈ, ਸਲੀਵਸ 'ਤੇ ਵੀ ਐਕਚੁਅਲੀ ਪੂਰਾ ਹੀ ਬਾਰਡਰ ਹੈ, ਥੋੜ੍ਹੀ ਖੁੱਲ੍ਹੀ ਜਿਹੀ ਸਲੀਵ ਅਤੇ ਪੂਰਾ ਬਾਰਡਰ ਹੈ ਉਹਦੇ 'ਤੇ, ਠੀਕ ਹੈ। ਇਹ ਦੇਖੋ ਬਹੁਤ ਪਿਆਰਾ ਸੂਟ ਹੈ, ਮਲਟੀ ਕਲਰ ਦੁਪੱਟੇ ਨਾਲ। ਇਹਦੇ ਨਾਲ ਦਾ ਐਕਚੁਅਲੀ ਮੈਂ ਵੀ ਆਪਣਾ ਬਣਾਇਆ, ਅਤੇ ਮੈਂ 2 ਵਾਰੀ ਪਾਇਆ, ਅਤੇ ਮੇਰੇ ਪਾਇਆ ਵੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਇਹ। ਅਤੇ ਇੱਕ ਤਾਂ ਇਹ ਹੋ ਗਿਆ, ਅਤੇ ਉਸ ਤੋਂ ਬਾਅਦ ਜਿਹੜਾ ਆਪਣੇ ਕੋਲ ਸੀਗਾ ਗਰਮ ਕੱਪੜਾ ਆਇਆ ਸੀਗਾ, ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕਾਫੀ ਸੌਫਟ ਹੈ ਇਹ, ਫਲੋਇੰਗ ਹੈ। ਅਤੇ ਇਹ ਦੇਖੋ ਨੇਵੀ ਬਲੂ, ਨੇਵੀ ਬਲੂ ਦੇ ਉੱਪਰ ਆਲ ਓਵਰ ਬੂਟਿੰਗ ਹੈ। ਦੇਖੋ ਮਸਤ ਜੀ, ਅੱਛੀ ਤਰ੍ਹਾਂ ਦਿਖ ਰਿਹਾ ਸਾਰਾ ਸੂਟ। ਇਹ ਦੇਖੋ ਪੂਰੇ 'ਚ ਆਲ ਓਵਰ ਬੂਟਿੰਗ ਹੈ, ਇੱਦਾਂ ਹੀ ਸੰਘਣੀਆਂ ਬੂਟੀਆਂ ਸਲੀਵਸ 'ਤੇ। ਐਕਚੁਅਲੀ ਸਲੀਵਸ ਤਾਂ ਸਾਰਿਆਂ ਦੀਆਂ ਬਣਦੀਆਂ ਹੀ ਹੁੰਦੀਆਂ, ਮਤਲਬ ਉਹ ਅੰਡਰਸਟੂਡ ਹੀ ਆ ਕਿ ਸਲੀਵਸ ਤਾਂ ਹੈਗੀਆਂ ਹੀ ਹੈਗੀਆਂ, ਠੀਕ ਹੈ। ਅਤੇ ਇਹ ਆਲ ਓਵਰ ਬੂਟੀ ਹੈ, ਇਹਦੇ ਨਾਲ ਪਾਈਪਿੰਗ ਲਗਾਓ ਚਾਕਾਂ 'ਤੇ, ਘੇਰੇ 'ਤੇ, ਨੈਕ 'ਤੇ, ਅਤੇ ਬਹੁਤ ਸੋਹਣਾ ਲੱਗਦਾ ਜੀ। ਅੱਛਾ, ਇਸ ਤੋਂ ਬਾਅਦ ਆਪਣਾ ਹੋ ਗਿਆ, ਹਾਂ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਇਹ ਸਨਫਲਾਵਰ ਵਾਲਾ ਪਾਇਆ ਸੀ, ਅਤੇ ਇਹ ਆਪਾਂ 5 ਸੂਟ ਬਣਾਏ ਸੀ, ਅਤੇ 5 ਦੇ 5 ਸੂਟ ਹੀ ਵਿਕ ਗਏ ਆ, ਅਤੇ ਇਹ ਲਾਸਟ ਵਨ ਹੈ ਅੱਜ, ਇਹ ਆਪਣੇ ਕੋਲ ਲਾਸਟ ਵਨ ਹੈ ਜੇ ਕਿਸੇ ਨੇ ਵੀ ਲੈਣਾ ਹੋਵੇ। ਅਤੇ ਇਸ ਕਲਰ ਦਾ ਫੈਬਰਿਕ ਨਹੀਂ ਮੈਨੂੰ ਮਿਲਿਆ ਦੁਬਾਰਾ। ਅਤੇ ਇਹ ਦੇਖੋ ਪੀਲੀ ਚੁੰਨੀ ਨਾਲ ਕਿੰਨਾ ਸੋਹਣਾ ਲੱਗਦਾ ਹੈ, ਦੇਖੋ। ਅਤੇ ਇਹਦੇ ਸਲੀਵਸ 'ਤੇ ਵੀ ਇਹ ਫਲਾਵਰ ਹੈ ਜਿਹੜਾ ਬਣਿਆ, ਅਤੇ ਬਹੁਤ ਅੱਛਾ ਲੱਗ ਰਿਹਾ ਵੀ। ਪੀਲੀ ਚੁੰਨੀ ਨਾਲ ਬਣਾਓ ਜਾਂ ਭਲਾ ਪੀਲੀ ਸਲਵਾਰ ਨਾਲ ਵੀ ਬਣਾ ਲਓ ਜਾਂ ਆਲ ਓਵਰ ਬਣਾ ਲਓ, ਜਿਵੇਂ ਵੀ ਬਣਾਉਣਾ ਬਣ ਜਾਊਗਾ। ਸਨਫਲਾਵਰ ਵਾਲਾ ਹੋ ਗਿਆ, ਅਤੇ ਉਸ ਤੋਂ ਬਾਅਦ ਪਾਰਟੀ ਵੀਅਰ ਸੂਟ ਤਾਂ ਨਾਲ ਨਾਲ ਬਣੀ ਜਾਂਦੇ ਆ, ਔਰਡਰ 'ਤੇ ਵੀ ਬਣੀ ਜਾਂਦੇ ਆ, ਵੈਸੇ ਵੀ ਬਣੀ ਜਾਂਦੇ ਆ, ਪਰ ਇਹ ਮੈਂ ਤੁਹਾਨੂੰ ਤਾਂ ਦਿਖਾਉਂਦੀ ਹਾਂ ਹੁਣ ਜਿੱਦਾਂ ਮੌਸਮ ਥੋੜ੍ਹਾ ਜਿਹਾ ਠੰਡਾ ਜਿਹਾ ਹੋ ਗਿਆ, ਬਰਸਾਤ ਵੀ ਹੁਣ ਸਰਦੀਆਂ ਵਾਲੀ ਸ਼ੁਰੂ ਹੋ ਜਾਣੀ ਆ, ਇੱਕ ਅੱਧੇ ਦਿਨ 'ਚ ਫਿਰ ਇਹਨਾਂ ਦੀ ਇੱਕਦਮ ਲੋੜ ਪੈਣੀ ਆ। ਇਹ ਦੇਖੋ ਘੇਰੇ 'ਤੇ 3 ਫਲਾਵਰ, ਨੀਚੋਂ ਅੱਛੀ ਤਰ੍ਹਾਂ ਦਿਖਾਓ ਮਾਸਟਰ ਜੀ, ਫਲਾਵਰ ਪੈਟਰਨ ਪੂਰਾ ਦਿਖਾਓ। ਇਹ 3 ਫਲਾਵਰ ਹੈਗੇ ਘੇਰੇ 'ਤੇ, ਅਤੇ ਪਲੱਸ ਜਿਹੜੀਆਂ ਇਹਦੀਆਂ ਸਲੀਵਸ ਹੈ ਉਹਨਾਂ 'ਤੇ ਆ ਹੈਗਾ, ਪਾਈਪਿੰਗ ਲਾਓ, ਇਹਨੂੰ ਲੇਸ ਲਾਓ ਜੋ ਵੀ ਹੈ, ਪਿਓਰ ਦਾ ਦੁਪੱਟਾ ਇਹਦੇ ਨਾਲ ਆਊਗਾ ਫਰੋਜ਼ੀ, ਇਹ ਬੜਾ ਅੱਛਾ। ਅਤੇ ਉਸ ਤੋਂ ਬਾਅਦ ਆਪਣਾ ਹਾਂਜੀ, ਇਹ ਡਿਜ਼ਾਇਨ ਬਹੁਤ ਪਸੰਦ ਕੀਤਾ ਗਿਆ ਮੇਰੇ ਕੋਲ, ਕੁਛ ਪੀਸ ਔਰਡਰ ਦੇ ਬਣੇ ਪਏ ਆ, ਅਤੇ ਇੱਕ ਆਂਟੀ ਹੈਗੇ ਸਾਡੇ, ਉਹਨਾਂ ਦਾ ਸਟਿਚ ਵੀ ਹੋ ਗਿਆ। ਆ ਦੇਖੋ ਇਹ ਇਹ ਸਾਰੇ ਜਿਹੜੇ ਆਂਟੀ ਹੈਗੇ ਆ ਤਕਰੀਬਨ 80s ਵਾਲੇ, ਉਹਨਾਂ ਨੇ ਬਹੁਤ ਪਸੰਦ ਕੀਤਾ, ਸਾਰੇ ਕਹਿੰਦੇ ਸੀ ਕਹਿੰਦੇ ਸੀਮਾ ਬਾਜ਼ਾਰੋਂ ਸਾਡੇ ਵਾਸਤੇ ਕੁਛ ਨਹੀਂ ਮਿਲਦਾ, ਅਤੇ ਅਸੀਂ ਬੜੇ ਖੁਸ਼ ਹਾਂ ਵੀ ਤੂੰ ਸਾਨੂੰ ਬਣਾ ਦਿੰਦੀ ਹੈ, ਬਰੀਕ ਬਰੀਕ ਬੂਟੀਆਂ ਵਾਲੇ ਜਿੱਦਾਂ ਮੰਮੀ ਸਟਾਈਲ, ਮੇਰੇ ਮਦਰ ਵੀ ਇੱਦਾਂ ਦੇ ਪਾਉਂਦੇ ਆ। ਅਤੇ ਇਹ ਸਾਰੇ ਪੀਸ ਇਸ ਕਲਰ ਦੇ ਸਾਰੇ ਇਹੀ ਡਿਜ਼ਾਇਨ 'ਚ ਬਣੇ ਆ, ਅਤੇ ਬੜੇ ਪਸੰਦ ਕੀਤੇ ਗਏ ਆ। ਇਹ ਸੰਘਣੀ ਬੂਟੀ ਹੈ ਅਤੇ ਬਰੀਕ ਬਰੀਕ ਆ, ਕੁਛ ਚੁੱਭਣ ਵਾਲਾ ਨਹੀਂ। ਤਾਂ ਇਹ ਵੀ ਆਂਟੀ ਹੈਗੇ ਆਪਣੀ ਮੰਮੀ ਦੀ ਏਜ ਦੀ, ਅਤੇ ਉਹਨਾਂ ਦਾ ਸੂਟ ਹੈ ਇਹ, ਜਾਣੇ ਆ ਬਣ ਕੇ। ਉਸ ਤੋਂ ਬਾਅਦ ਇੱਕ ਇਹ ਸੂਟ ਹੈ, ਇਹ ਸੂਟ ਜਿਹੜਾ ਹੈਗਾ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਸਾਨੂੰ ਗਲੇ ਵਾਲਾ ਨਹੀਂ ਚਾਹੀਦਾ, ਉਹ ਕਹਿੰਦੇ ਸੀ ਸਾਨੂੰ ਸਿਰਫ ਘੇਰੇ ਵਾਲਾ ਚਾਹੀਦਾ, ਕਿਉਂਕਿ ਉਹ ਉੱਪਰ ਕਹਿੰਦੇ ਸ਼ਾਲ ਸ਼ੂਲ ਲੈ ਲੈਂਦੇ ਆ। ਪੰਕਜ ਪਿੱਛੇ ਨੂੰ ਹੋ ਕੇ ਦਿਖਾ ਅੱਛੀ ਤਰ੍ਹਾਂ। ਇਹ ਦੇਖੋ ਇਹ ਅਸੀਂ ਸਨਫਲਾਵਰ ਬਲੈਕ 'ਤੇ ਬਣਾਏ ਆ, ਅਤੇ ਘੇਰਾ, ਅਤੇ ਇਹ ਦੇਖੋ ਭਲਾ ਯੈਲੋ ਸਲਵਾਰ ਨਾਲ ਵੀ ਬੜਾ ਸੋਹਣਾ ਲੱਗ ਰਿਹਾ। ਐਕਚੁਅਲੀ ਅੱਜ ਮੈਂ ਯੈਲੋ ਸਲਵਾਰ ਪਾਈ ਹੈ, ਅਤੇ ਉਹ ਮੈਂ ਸ਼ੀਸ਼ੇ 'ਚ ਦੇਖ ਰਹੀ ਹਾਂ, ਇਟ ਲੁੱਕਸ ਵੈਰੀ ਪ੍ਰੀਟੀ। ਅਤੇ ਇਹਦੇ ਸਲੀਵਸ 'ਤੇ ਜਿਹੜਾ ਆਪਾਂ ਬਣਾਇਆ ਉਹ ਫਲਾਵਰ ਇੱਕ ਹੈਗਾ, ਮੈਂ ਐਕਚੁਅਲੀ ਹੋਰ ਵੀ ਸਨਫਲਾਵਰ ਡਰੋ ਕੀਤੇ ਆ, ਮੈਂ ਹੋਰ ਵੀ 2 ਪੀਸ ਬਣਵਾਊਂਗੀ ਡਿਫਰੈਂਟ। ਇਹ ਦੇਖੋ ਇਹ ਨੰਬਰ ਇਹ ਅਸੀਂ ਬਣਾਇਆ ਸਲੀਵਸ 'ਤੇ, ਠੀਕ ਹੈ ਜੀ। ਅਤੇ ਇੱਕ ਸੂਟ ਸਾਡਾ ਬਣਦਾ ਸੀਗਾ, ਮੈਂ ਕਿਹਾ ਫਿਰ ਬਣ ਕੇ ਚਲਾ ਜਾਣਾ, ਅਤੇ ਮੈਂ ਵਿੱਚੋਂ ਹੀ ਬੰਦਾ ਬੰਦੇ ਫੜ ਲੈਂਦਾ। ਆ ਦੇਖੋ ਕਈ ਸੂਟ ਅਸੀਂ ਹੁਣ ਬੂਟੀਆਂ ਵਾਲੇ ਬਣਾ ਰਹੇ ਹਾਂ। ਇਹ
ਇਹ ਵੀ ਆਲ ਓਵਰ ਬੂਟੀ ਹੈ, ਲਾਈਟ ਪਿੰਕ ਤੇ ਹੈ, ਹਰ ਏਜ ਲਈ ਠੀਕ ਹੈ ਜੀ। ਇਹ ਆਪਣੇ ਹੋ ਗਏ ਵੂਲਨ ਸੂਟ, ਗਰਮ ਸੂਟ। ਤੇ ਇੱਕ ਇਹ ਡਿਜ਼ਾਇਨ ਬੜਾ ਪਸੰਦ ਕੀਤਾ ਗਿਆ, ਇਹ ਐਕਚੁਲੀ ਕਈ ਕਲਰਸ ਤੇ ਬਣ ਚੁੱਕਾ, ਬਲੂ ਤੇ ਰੋਇਲ ਬਲੂ ਤੇ ਕਈਆਂ ਤੇ ਬਣ ਚੁੱਕਾ। ਇਹ ਟੂ ਟੋਨ ਸਿਲਕ ਤੇ ਹੈ, ਮੈਂ ਟੂ ਟੋਨ ਸਿਲਕ ਤੇ ਜ਼ਿਆਦਾ ਬਣਵਾਏ ਹੈ। ਇਹ ਦੇਖੋ ਅੱਜ ਬਾਈ ਚਾਂਸ ਮੈਂ ਵੀ ਪੀਲੇ ਪਾਇਆ ਤੇ ਸਾਰੇ ਪੀਲੇ ਪੀਲੇ। ਇਹ ਦੇਖੋ ਇਹ ਟੋਟਲੀ ਹੈਂਡ ਵਰਕ ਹੈ, ਗੈਵਰਡੀਨ ਸਿਲਕ ਹੈ, ਟੂ ਟੋਨ ਹੈਵੀ ਵਾਲੀ ਜਿੱਦਾਂ ਵਧੀਆ ਕੁਆਲਿਟੀ ਦੀ ਇਹ ਹੈਗਾ। ਤੇ ਇਹ ਆਪਣੇ ਹੋ ਗਏ ਜੀ ਅੱਜ ਦੇ ਸੂਟ, ਤੇ ਬਾਕੀ ਬਣੀ ਜਾਂਦੇ ਨਵੇਂ, ਤੁਹਾਨੂੰ ਦਿਖਾਈ ਵੀ ਜਾਊਂਗੀ ਮੈਂ ਨਾਲ ਨਾਲ। ਤਾਂ ਇਹਨਾਂ ਲਈ ਕਿਸੇ ਲਈ ਤੁਸੀਂ ਕੋਈ ਵੀ ਆਰਡਰ ਕਰਨਾ ਤਾਂ ਪਲੀਜ਼ ਮੈਨੂੰ ਕਾਲ ਕਰੋ, ਮੇਰਾ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ, ਬਹੁਤ ਪਿਆਰ ਦੇ ਰਹੇ ਹੋ ਤੁਸੀਂ ਮੈਨੂੰ। ਤੇ ਥੈਂਕ ਯੂ ਵੈਰੀ ਮੱਚ ਜੀ, ਥੈਂਕਸ ਫੋਰ ਵਾਚਿੰਗ ਦਿਸ ਵੀਡੀਓ ਆਲਸੋ, ਥੈਂਕ ਯੂ।